ਕੱਟ ਦੇਣੇ ਨੇ ਮੋੜ ਵੀ ਐ ਕਿਤੇ ਬਹਿਣ ਦੇ ਬਲਜੀਤ ਕੌਰ ਸਾਈਕਲਿਸਟ ਬਲਜੀਤ ਕੌਰ ਤੁਸੀਂ ਦਿੱਲੀ ਜਾ ਕੇ ਹੋਏ ਆ ਸਾਈਕਲ ਦੇ ਕਹੇ ਜਾ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੇਰਾ ਸਾਈਕਲ ਤੇ ਜਾਣ ਦਾ ਇੱਕੋ ਹੀ ਮੋਟੀਵੇਸ਼ਨ ਸੀ ਜਿਹੜੇ ਲੋਕ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਕਿਉਂਕਿ ਜਿਹੜੇ ਵੀ ਬਜ਼ੁਰਗ ਉੱਥੇ ਬੈਠੇ ਨੇ ਉਹ ਇੰਨੀ ਠੰਡ ਦੇ ਵਿੱਚ ਆਪਣੇ ਲਈ ਹੀ ਮਰ ਰਹੇ ਨੇ ਜੀ ਤੁਹਾਡੇ ਨਾਲ ਤੁਹਾਡਾ ਭਰਾ ਵੀ ਗਿਆ ਸੀ ਹਾਂਜੀ ਮੇਰੇ ਬ੍ਰਦਰ ਵੀ ਗਏ ਸੀ ਮੇਰੇ ਨਾਲ ਤੇ ਹੁਣ ਭਰਾ ਵਾਪਸ ਆ ਗਿਆ ਕਿ ਉੱਥੇ ਰਹਿ ਗਏ ਤੁਸੀਂ ਮੇਰਾ ਬ੍ਰਦਰ ਉੱਥੇ ਹੀ ਹੈਗਾ ਮੈਨੂੰ ਕਾਲਜ ਤੋਂ ਫੋਨ ਆ ਗਿਆ ਸੀਗਾ ਕਿਉਂਕਿ ਮੈਂ ਯੂਨੀਵਰਸਿਟੀ ਦੇ ਪੇਪਰਾਂ ਤੇ ਸਾਈਨ ਕਰਨੇ ਸੀਗੇ ਡਾਕੂਮੈਂਟਸ ਤੇ ਮੇਰਾ ਬ੍ਰਦਰ ਉੱਥੇ ਹੀ ਹੈਗਾ ਕਿਉਂਕਿ ਜਿੰਨਾ ਟਾਈਮ ਉਹਦੇ ਮਾਰਚ ਦੇ ਵਿੱਚ ਪੇਪਰ ਹੋਣੇ ਉਹ ਪਲੱਸ 2 ਦੇ ਵਿੱਚ ਪੜਦਾ ਹੈਗਾ ਤੇ ਜਦੋਂ ਉਹਦੇ ਪੇਪਰ ਹੋਣਗੇ ਉਹ ਉਹਦੇ ਹੀ ਆਊਗਾ ਜੀ ਤੁਹਾਡੇ ਕੋਲ ਜ਼ਮੀਨ ਵੀ ਹੈ ਨਹੀਂ ਜੀ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਤਾਂ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਕੀ ਦੇਖੋ ਉੱਥੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਉੱਥੇ ਜਿਹੜੇ ਲੋਕ ਜਾਤਾਂ ਦੇ ਵਿੱਚ ਬਲੇਮ ਕਰਦੇ ਸੀਗੇ ਉਹਨਾਂ ਦੇ ਵਿੱਚ ਭਾਈਚਾਰਾ ਏਕਤਾ ਦੇਖਣ ਨੂੰ ਮਿਲਿਆ ਜੀ ਜਿਸ ਤਰ੍ਹਾਂ ਕਿ ਕਹਿ ਰਹੇ ਨੇ ਕਿ ਉੱਥੇ ਆਤੰਕਵਾਦੀ ਨੇ ਜਾਂ ਕਾਂਗਰਸ ਵੱਲੋਂ ਜਿਹੜਾ ਪ੍ਰੋਗਰਾਮ ਹੈ ਜਾਂ ਆਪੋਜੀਸ਼ਨ ਪਾਰਟੀਆਂ ਵੱਲੋਂ ਪ੍ਰੋਗਰਾਮ ਕੀਤਾ ਰਿਹਾ ਕਿਸ ਤਰ੍ਹਾਂ ਦਾ ਕੀ ਵਾਕਈ ਸੱਚਾਈ ਤੁਸੀਂ ਅੱਖੀ ਦੇਖੀ ਕਿਉਂਕਿ ਉੱਥੇ ਕਿਸੇ ਵੀ ਸਰਕਾਰ ਦੀ ਗੱਲ ਕਰੀਏ ਉੱਥੇ ਕੋਈ ਵੀ ਸਰਕਾਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਉੱਥੇ ਆਪਣੇ ਕਿਸਾਨਾਂ ਵੱਲੋਂ ਹੀ ਪ੍ਰਬੰਧ ਕੀਤਾ ਗਿਆ ਉੱਥੇ ਕੋਈ ਵੀ ਆਤੰਕਵਾਦੀ ਨਹੀਂ ਹੈਗੇ ਜਿਹੜੇ ਮੋਦੀ ਵੱਲੋਂ ਜਾਂ ਕੈਪਟਨ ਵੱਲੋਂ ਜਿਹੜੇ ਹੁੰਦੇ ਨੇਗੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਨੇਗੇ ਉਹੀ ਆਉਂਦੇ ਨੇ ਜਦੋਂ ਬਾਅਦ ਵਿੱਚ ਪਤਾ ਲੱਗਦਾ ਤਾਂ ਉਹ ਇਹ ਗੱਲ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਆਂਗੇ ਵੀ ਅਸੀਂ ਮੋਦੀ ਹੋਰਿਆਂ ਦੇ ਪਿੱਛੇ ਲੱਗ ਰਹੇ ਸੀਗੇ